ਨਮਸਕਾਰ, ਸਤਿ ਸ਼੍ਰੀ ਅਕਾਲ। ਮੈਂ ਐਸਟ੍ਰੋਲੋਜਰ ਮਨੀਸ਼ਾ ਕੌਸ਼ਿਕ, ਤੁਹਾਡਾ ਸਾਰਿਆਂ ਦਾ ਜੋਤਿਸ਼ ਦੇ ਸਭ ਤੋਂ ਖਾਸ ਅਤੇ ਪਾਪੂਲਰ ਸ਼ੋਅ ਤੁਹਾਡੇ ਸਿਤਾਰੇ PTC ਦੇ ਉੱਤੇ ਤਹਿ ਦਿਲੋਂ ਸਵਾਗਤ ਕਰਦੀ ਹਾਂ। ਆਪਣੇ ਮੈਂਟਰ, ਆਪਣੇ ਗਾਈਡ, ਆਪਣੇ ਫਾਦਰ ਐਸਟ੍ਰੋਲੋਜਰ ਡਾਕਟਰ ਪ੍ਰੇਮ ਕੁਮਾਰ ਸ਼ਰਮਾ ਜੀ ਦੀ ਗਾਈਡੈਂਸ ਨਾਲ ਮੈਂ ਡਿਸਕਸ ਕਰੂੰਗੀ ਦਿਨ ਦਾ ਪੰਚਾਂਗ ਅਤੇ ਰਾਸ਼ੀਫਲ। ਸਭ ਤੋਂ ਪਹਿਲਾਂ ਅੱਜ ਦਾ ਪੰਚਾਂਗ। ਅੱਜ 28 ਜੁਲਾਈ 2024 ਅਤੇ ਦਿਨ ਹੈ ਰਵੀਵਾਰ, ਯਾਨੀ ਸੰਡੇ। ਕ੍ਰਿਸ਼ਨ ਪੱਖ ਅਸ਼ਟਮੀ ਤਿਥੀ ਰਹੇਗੀ ਸ਼ਾਮ ਦੇ 7:30 ਤੱਕ। ਅੱਜ ਗੰਡਮੂਲ ਜਿਹੜੇ ਨੇ ਉਹ ਸੂਰਯੋਦਯ ਤੋਂ ਲੈ ਕੇ, ਯਾਨੀ ਕਿ ਸਨਰਾਈਜ਼ ਤੋਂ ਲੈ ਕੇ ਸਵੇਰ ਦੇ 11:48 ਤੱਕ ਰਹਿਣਗੇ। ਪੰਚਕ ਨਹੀਂ ਹੈ ਅੱਜ। ਗੱਲ ਕਰੀਏ ਰਾਹੂ ਕਾਲ ਦੀ, ਤਾਂ ਸ਼ਾਮ ਦੇ 5:32 ਤੋਂ ਲੈ ਕੇ ਸ਼ਾਮ ਦੇ 7:14 ਤੱਕ ਦਾ ਸਮਾਂ ਜਿਹੜਾ ਹੈ ਉਹ ਰਾਹੂ ਕਾਲ ਦਾ ਹੈ। ਇੱਕ ਹੋਰ ਇੰਨਾ ਸਪੈਸ਼ਲ ਟਾਈਮ ਜਿਹਨੂੰ ਕਿ ਅਮਗੰਧਮ ਕਾਲ ਕਹਿੰਦੇ ਨੇ, ਜਿਹਦੇ ਵਿੱਚ ਵੀ ਕੋਈ ਜ਼ਰੂਰੀ ਕੰਮ ਕਰਨਾ ਹੋਵੇ, ਕੋਈ ਇੰਪੋਰਟੈਂਟ ਡਿਸੀਜਨ ਲੈਣਾ ਹੋਵੇ, ਜੇ ਅਵੋਇਡ ਕਰ ਦਿੱਤਾ ਜਾਵੇ ਤਾਂ ਬਿਹਤਰ ਹੁੰਦਾ ਹੈ। ਆ ਸਮਾਂ ਰਹੇਗਾ ਦੁਪਹਿਰ ਦੇ 12:26 ਤੋਂ ਲੈ ਕੇ ਦੁਪਹਿਰ ਦੇ 2:08 ਤੱਕ। ਹੁਣ ਜੇ ਜ਼ਰੂਰੀ ਕੰਮ ਕਰਨਾ ਹੈ ਤਾਂ ਦਿਨ ਦਾ ਸ਼ੁਭ ਸਮਾਂ ਵੀ ਪਤਾ ਹੋਣਾ ਚਾਹੀਦਾ, ਉਹ ਵੀ ਦੱਸ ਰਹੀ ਹਾਂ, ਜ਼ਰੂਰ ਨੋਟ ਕਰਨਾ। ਦਿਨ ਦਾ ਸਭ ਤੋਂ ਸ਼ੁਭ ਸਮਾਂ ਜਿਹੜਾ ਹੈ ਉਹ ਰਹੇਗਾ ਦੁਪਹਿਰ ਦੇ 2:09 ਤੋਂ ਲੈ ਕੇ ਦੁਪਹਿਰ ਦੇ 3:50 ਤੱਕ। ਹੁਣ ਗੱਲ ਕਰਾਂਗੇ ਰਾਸ਼ੀਫਲ ਦੀ। ਏਰੀਜ਼, ਯਾਨੀ ਮੇਸ਼ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਜੇ ਫਿਟਨੈਸ ਰੂਟੀਨ ਫੋਲੋ ਕੀਤਾ ਫਿਰ ਸਿਹਤ ਨਾਲ ਕੋਈ ਛੇੜਛਾੜ ਨਹੀਂ ਕਰ ਸਕਦਾ। ਇਸ ਕਰਕੇ ਸਿਤਾਰੇ ਜਿਹੜੇ ਨੇ ਉਹ ਮਿਹਰਬਾਨ ਨੇ, ਬਸ ਤੁਸੀਂ ਆਪਣੀ ਕਮਿਟਮੈਂਟ, ਆਪਣੀ ਡੈਡੀਕੇਸ਼ਨ ਸਿਹਤ ਨੂੰ ਲੈ ਕੇ ਜ਼ਰੂਰ ਦਿਖਾਉਣੀ ਹੈ। ਘਰੇ ਮਾਹੌਲ ਜ਼ਰੂਰ ਕਿਸੇ ਛੋਟੀ ਜਿਹੀ ਗੱਲ ਦੇ ਪਿੱਛੇ ਜਿਹੜਾ ਹੈ ਤਣਾਅਪੂਰਨ ਹੋ ਸਕਦਾ ਹੈ। ਸਟ੍ਰੈਸ ਕਿਸੇ ਦਾ, ਕਿਸੇ ਫੈਮਿਲੀ ਮੈਂਬਰ ਨੂੰ ਲੈ ਕੇ ਕਿਸੇ ਗੱਲ ਦੇ ਪਿੱਛੇ ਸਟ੍ਰੈਸ ਹੋ ਸਕਦਾ ਹੈ। ਜਿਹੜੇ ਲੋਕ ਛੁੱਟੀਆਂ 'ਤੇ ਜਾ ਰਹੇ ਨੇ ਜਾਂ ਕਿਤੇ ਘੁੰਮਣ ਜਾ ਰਹੇ ਨੇ, ਟਰੈਵਲ ਕਰ ਰਹੇ ਨੇ, ਉਹਨਾਂ ਵਾਸਤੇ ਸਮਾਂ ਜ਼ਰੂਰ ਇੰਜੋਏਬਲ ਰਹੇਗਾ। ਕਿਸੇ ਕਰੀਬੀ ਦੇ ਘਰ ਪਾਰਟੀ ਦਾ ਜਿਹੜਾ ਹੈ ਅਰੇਂਜਮੈਂਟ ਵੀ ਕੀਤਾ ਜਾ ਸਕਦਾ ਹੈ। ਕੁੱਲ ਮਿਲਾ ਕੇ ਦਿਨ ਜਿਹੜਾ ਹੈ ਉਹ ਠੀਕ ਠਾਕ ਨਿਕਲ ਜਾਏਗਾ, ਬਸ ਤੁਸੀਂ ਆਪਣੀ ਪੀਸ ਆਫ ਮਾਇੰਡ ਬਣਾ ਕੇ ਰੱਖਣੀ ਹੈ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 2, ਲੱਕੀ ਕਲਰ ਰਹੇਗਾ ਪਰਪਲ, ਅਤੇ ਤੁਸੀਂ ਉਪਾਏ ਕੀ ਕਰਨਾ, ਕਿਸੇ ਵੀ ਧਰਮਸਥਲ 'ਤੇ ਪੇਠੇ ਦੀ ਜਾਂ ਪੇਠੇ ਦੀ ਮਿਠਾਈ ਜਾ ਕੇ ਵੰਡ ਕੇ ਆਉਣਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਟੌਰਸ, ਯਾਨੀ ਵ੍ਰਿਸ਼ਭ ਰਾਸ਼ੀ ਵਾਲਿਆਂ ਵਾਸਤੇ ਹੈਲਥ ਅੱਜ ਇੰਪਰੂਵ ਹੋ ਰਹੀ ਹੈ। ਕੋਈ ਪੁਰਾਣੀ ਸਿਹਤ ਦੀ ਪ੍ਰੋਬਲਮ ਨੂੰ ਲੈ ਕੇ, ਹੈਲਥ ਪ੍ਰੋਬਲਮ ਤੋਂ ਵੀ ਅੱਜ ਛੁਟਕਾਰਾ ਮਿਲ ਸਕਦਾ। ਕੋਈ ਮਹਿੰਗੀ ਆਈਟਮ ਜਾਂ ਕੋਈ ਜੁਲਰੀ ਖਰੀਦਣ ਦੇ ਯੋਗ ਵੀ ਤੁਹਾਡੇ 'ਚੋਂ ਕਈ ਲੋਕਾਂ ਵਾਸਤੇ ਬਣਦੇ ਹੋਏ ਨਜ਼ਰ ਆ ਰਹੇ ਨੇ। ਕੋਈ ਪ੍ਰੋਪਰਟੀ ਰਿਲੇਟਿਡ ਬੁਕਿੰਗ ਕੀਤੀ ਹੋਈ ਸੀ, ਅੱਜ ਉਹਦਾ ਪੋਜੈਸ਼ਨ ਵੀ ਮਿਲ ਸਕਦਾ। ਜਿਹੜੇ ਲੋਕ ਅੱਜ ਵਿਦੇਸ਼ ਟਰੈਵਲ ਕਰ ਰਹੇ ਨੇ ਉਹਨਾਂ ਵਾਸਤੇ ਮੌਜ ਮਸਤੀ ਭਰਿਆ ਦਿਨ ਰਹੇਗਾ। ਇਨਫੈਕਟ ਵਰਕ ਵਾਈਜ਼, ਯਾਨੀ ਕਿ ਕੰਮ ਤੋਂ ਜਿਹੜੇ ਲੋਕ ਟਰੈਵਲ ਕਰ ਰਹੇ ਨੇ, ਜਿਸ ਕੰਮ ਵਾਸਤੇ ਜਾ ਰਹੇ ਹੋ, ਕੰਮ ਦੇ ਵੀ ਬਣਨ ਦੇ ਚਾਂਸਿਸ ਨਜ਼ਰ ਆ ਰਹੇ ਨੇ। ਅੱਜ ਜਿਹੜਾ ਹੈ ਲਵ ਫਰੰਟ ਦੇ ਉੱਤੇ ਵੀ ਸਿਤਾਰੇ ਮਜ਼ਬੂਤ ਨਜ਼ਰ ਆ ਰਹੇ ਨੇ। ਕਿਸੇ ਨੂੰ ਪਸੰਦ ਕਰਦੇ ਹੋ ਤਾਂ ਆਪਣੇ ਦਿਲ ਦੀ ਗੱਲ ਤੁਸੀਂ ਉਹਨਾਂ ਨਾਲ ਸ਼ੇਅਰ ਕਰ ਸਕਦੇ ਹੋ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 5, ਲੱਕੀ ਕਲਰ ਰਹੇਗਾ ਬਲੂ, ਅਤੇ ਤੁਸੀਂ ਉਪਾਏ ਕੀ ਕਰਨਾ, ਕਿਸੇ ਵੀ ਬਲਾਈਂਡ ਸਕੂਲ 'ਚ ਆਪਣੀ ਸ਼ਰਧਾ ਅਨੁਸਾਰ, ਆਪਣੇ ਸਮਰਥ ਅਨੁਸਾਰ ਡੋਨੇਸ਼ਨ ਦੇਣਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਜਮਨਾਈ, ਯਾਨੀ ਮਿਥੁਨ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਚੰਗੀ ਸਿਹਤ ਨੂੰ ਮੇਨਟੇਨ ਕਰਨ ਵਾਸਤੇ ਜ਼ਰੂਰਤ ਹੈ ਆਪਣੀ ਗੱਟ ਹੈਲਥ ਦੇ ਉੱਤੇ ਧਿਆਨ ਦੇਣ ਦੀ ਅਤੇ ਆਪਣੇ ਖਾਣ ਪਾਣ ਦੇ ਉੱਤੇ ਧਿਆਨ ਦੇਣ ਦੀ। ਇਸ ਕਰਕੇ ਕੋਸ਼ਿਸ਼ ਕਰੋ ਕਿ ਤਲੇ ਹੋਏ ਖਾਣੇ ਤੋਂ, ਬਾਹਰਲੇ ਖਾਣੇ ਤੋਂ, ਜੰਕ ਫੂਡ, ਸਟਰੀਟ ਫੂਡ ਤੋਂ ਦੂਰੀ ਬਣਾ ਕੇ ਰੱਖੀ ਜਾਵੇ। ਅੱਜ ਜਿਹੜਾ ਹੈ ਖਰੀਦਾਰੀ ਵਾਸਤੇ ਵੀ ਦਿਨ ਵਧੀਆ ਨਜ਼ਰ ਆ ਰਿਹਾ। ਕੋਈ ਵਾਹਨ ਖਰੀਦਣਾ ਹੋਵੇ, 2-wheeler ਹੋਵੇ, 4-wheeler ਹੋਵੇ, ਜਾਂ ਫਿਰ ਕੋਈ ਹੋਮ ਘਰ ਵਾਸਤੇ ਕੋਈ ਹੋਮ ਅਪਲਾਈਂਸ ਖਰੀਦਣਾ ਹੋਵੇ, ਅੱਜ ਦਾ ਦਿਨ ਤੁਸੀਂ ਖਰੀਦਾਰੀ ਕਰੋਗੇ। ਬਸ ਮਾਰਕੀਟ ਐਕਸਪਲੋਰ ਕਰਨ ਤੋਂ ਬਾਅਦ, ਡਿਸਕਾਊਂਟ ਦੇਖਣ ਤੋਂ ਬਾਅਦ ਅੱਗੇ ਪੇਮੈਂਟ ਕਰਨੀ ਹੈ। ਫ੍ਰੀਲਾਂਸਰਸ ਵਾਸਤੇ ਵੀ ਪੈਸਾ ਕਮਾਉਣ ਦੇ ਯੋਗ ਹੁਣ ਬਣਦੇ ਹੋਏ ਨਜ਼ਰ ਆ ਰਹੇ ਨੇ। ਕੋਈ ਨਾ ਕੋਈ ਲੌਂਗ ਟਰਮ ਪੇਇੰਗ ਪ੍ਰੋਜੈਕਟਸ ਤੁਹਾਨੂੰ ਮਿਲ ਸਕਦੇ ਨੇ। ਕਿਸੇ ਕਲਾਇੰਟ ਵੱਲੋਂ ਕੋਈ ਪੈਂਡਿੰਗ ਪੇਮੈਂਟ ਚੱਲ ਰਹੀ ਸੀ, ਉਹ ਪੇਮੈਂਟ ਵੀ ਹੁਣ ਹੌਲੀ ਹੌਲੀ ਰਿਲੀਜ਼ ਹੋ ਸਕਦੀ ਹੈ।
ਮਨ ਦੀ ਸ਼ਾਂਤੀ ਜੇ ਕਿਤੇ ਮਿਸਿੰਗ ਹੈਗੀ ਹੈ ਤੇ ਫਿਰ ਥੋੜਾ ਜਿਹਾ ਆਪਣਾ ਧਿਆਨ ਜਿਹੜਾ ਹੈ, ਰੁਝਾਨ ਜਿਹੜਾ ਹੈ ਅਧਿਆਤਮ ਵੱਲ ਜਾਂ ਸਪਿਰਚੁਐਲਿਟੀ ਵੱਲ ਜ਼ਰੂਰ ਬਿਤਾਉਣਾ ਚਾਹੀਦਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 8, ਲੱਕੀ ਕਲਰ ਰਹੇਗਾ ਗ੍ਰੀਨ, ਤੇ ਤੁਸੀਂ ਉਪਾਅ ਕੀ ਕਰਨਾ? ਕਾਲੇ ਕੁੱਤੇ ਨੂੰ ਦੁੱਧ ਤੇ ਬ੍ਰੈਡ ਪਾਉਣਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਕੈਂਸਰ ਯਾਨੀ ਕਰਕ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਵਰਕਆਊਟ ਹੀ ਤੁਹਾਡੇ ਵਾਸਤੇ ਇੱਕ ਮੂਲ ਮੰਤਰ ਸਾਬਿਤ ਹੋਏਗਾ ਆਪਣੀ ਸਿਹਤ ਤੋਂ ਜੁੜੇ ਹੋਏ ਗੋਲਸ ਤੇ ਫਿਟਨੈਸ ਲੈਵਲ ਨੂੰ ਇੰਪਰੂਵ ਕਰਨ ਵਾਸਤੇ। ਅੱਜ ਜਿਹੜਾ ਹੈ ਕਿਸੇ ਵੀ ਜਿਹੜੇ ਫੈਮਿਲੀ ਮੈਂਬਰ ਨੂੰ ਬੇਹੱਦ ਗੁੱਸਾ ਆਉਂਦਾ ਨਾ, ਅੱਜ ਕੋਸ਼ਿਸ਼ ਕਰਨੀ ਹੈ ਕਿ ਉਹਨਾਂ ਨਾਲ ਕਿਸੇ ਗੱਲਬਾਤ ਦੇ ਉੱਤੇ ਉਲਝਣਾ ਨਹੀਂ ਹੈ, ਬਹੁਤ ਸਮਝਦਾਰੀ ਨਾਲ ਉਹਨਾਂ ਨੂੰ ਟੈਕਲ ਕਰਨਾ ਹੈ। ਲੋਕਾਂ ਨਾਲ ਮੁਲਾਕਾਤ ਕਰਕੇ ਤੁਹਾਨੂੰ ਚੰਗਾ ਮਹਿਸੂਸ ਹੋਏਗਾ, ਕੋਈ ਨਾ ਕੋਈ ਸਕੂਲ ਅਲੁਮਨਾਏ ਕਾਲਜ ਅਲੁਮਨਾਏ ਮੀਟ ਵੀ ਪਲਾਨ ਕੀਤੀ ਜਾ ਸਕਦੀ ਹੈ। ਅੱਜ ਕਿਸੇ ਪੁਰਾਣੇ ਯਾਰ ਦੋਸਤ ਕੋਲੋਂ ਵੀ ਤੁਹਾਨੂੰ ਕੰਮ ਨੂੰ ਲੈ ਕੇ ਕੋਈ ਮਦਦ ਮਿਲ ਸਕਦੀ ਹੈ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 7, ਲੱਕੀ ਕਲਰ ਰਹੇਗਾ ਬਰਾਊਨ, ਤੇ ਤੁਸੀਂ ਉਪਾਅ ਕੀ ਕਰਨਾ? 2 ਪੀਲੀ ਕੌੜੀਆਂ ਲੈਣੀਆਂ, ਕਿਸੇ ਵੀ ਪਵਿੱਤਰ ਜਲ ਨਾਲ ਉਹਨੂੰ ਧੋ ਲੈਣਾ, ਪੀਲੇ ਕੱਪੜੇ 'ਚ ਬੰਨ ਕੇ ਮੱਥੇ ਨਾਲ ਲਾ ਕੇ ਸਾਰਾ ਦਿਨ ਤੁਸੀਂ ਆਪਣੇ ਕੋਲੇ ਰੱਖਣਾ, ਪਰਸ 'ਚ ਵੀ ਰੱਖ ਸਕਦੇ ਹੋ, ਪੋਕਿਟ 'ਚ ਵੀ ਰੱਖ ਸਕਦੇ ਹੋ। ਲੀਓ ਯਾਨੀ ਸਿੰਘ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਜਿਹੜੇ ਲੋਕਾਂ ਦੀ ਤਬੀਅਤ ਠੀਕ ਨਹੀਂ ਚੱਲ ਰਹੀ ਸੀਗੀ, ਹੁਣ ਤੁਹਾਨੂੰ ਜਿਹੜਾ ਹੈ ਬਿਮਾਰੀ ਤੋਂ ਰਾਹਤ ਮਿਲੇਗੀ, ਸਿਹਤ ਤੁਹਾਡੀ ਇੰਪਰੂਵ ਹੋਏਗੀ। ਫਾਈਨੈਂਸ਼ੀਅਲ ਫਰੰਟ ਦੇ ਉੱਤੇ ਵੀ ਕੋਈ ਗੁੱਡ ਨਿਊਜ਼ ਮਿਲਣ ਦੇ ਸੰਕੇਤ ਹੈ, ਜਦੋਂ ਪੈਸਾ ਤੁਸੀਂ ਰਿਫੰਡ ਕੋਈ ਐਕਸਪੈਕਟ ਕਰ ਰਹੇ ਸੀ, ਕੋਈ ਤੁਹਾਡੀ ਕੋਈ FD ਮੈਚਿਓਰ ਹੋਣੀ ਸੀ, ਕੋਈ ਇਨਵੈਸਟਮੈਂਟ ਤੁਹਾਡੀ ਮੈਚਿਓਰ ਹੋਣੀ ਸੀ, ਹੁਣ ਤੁਹਾਡੇ ਵਾਸਤੇ ਗੇਨਸ ਵਾਲੀ ਸਥਿਤੀਆਂ ਬਣਦੀਆਂ ਹੋਈਆਂ ਨਜ਼ਰ ਆ ਰਹੀਆਂ। ਕੋਈ ਫੈਮਿਲੀ ਮੈਂਬਰ ਜ਼ਰੂਰ ਜ਼ਬਰਦਸਤੀ ਅੱਜ ਤੁਹਾਡੇ ਕੋਲ ਆਪਣੀ ਦਿਲ ਦੀ ਗੱਲ, ਆਪਣੀ ਮਨ ਦੀ ਗੱਲ ਜਿਹੜੀ ਹੈ ਮਨਵਾਉਣ ਦੀ ਕੋਸ਼ਿਸ਼ ਕਰ ਸਕਦੇ ਨੇ, ਪਰ ਤੁਹਾਨੂੰ ਆਪਣੀ ਸੂਝਬੂਝ ਨਾਲ ਹੀ ਡਿਸੀਜਨ ਲੈਣਾ ਚਾਹੀਦਾ। ਅੱਜ ਜਿਹੜਾ ਹੈ ਧਰਮ ਕਰਮ ਦੇ ਕੰਮਾਂ ਨਾਲ ਜੁੜਨ ਵਾਸਤੇ ਵੀ ਤੁਹਾਡੇ ਵਾਸਤੇ ਦਿਨ ਵਧੀਆ ਰਹੇਗਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 2, ਲੱਕੀ ਕਲਰ ਰਹੇਗਾ ਕ੍ਰੀਮ, ਤੇ ਤੁਸੀਂ ਉਪਾਅ ਕੀ ਕਰਨਾ? ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਵਰਗੋ ਯਾਨੀ ਕੰਨਿਆ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਸਿਹਤ ਦੇ ਮਾਮਲੇ 'ਚ ਤੁਹਾਡੇ ਵਾਸਤੇ ਦਿਨ ਅੱਜ ਕਾਫੀ ਲੱਕੀ ਰਹੇਗਾ। ਸ਼ੋਪਿੰਗ ਜੇ ਕਰਨੀ ਹੈ ਤੇ ਥੋੜ੍ਹੀ ਜਿਹੀ ਮੋਲ ਭਾਵ ਵੀ ਸਿੱਖਣਾ ਪੈਣਾ, ਨਹੀਂ ਤਾਂ ਕਿਤੇ ਨਾ ਕਿਤੇ ਆਪਣੇ ਪੈਸੇ ਜ਼ਿਆਦਾ ਲਾ ਬੈਠਾਂਗੇ। ਕਿਸੇ ਇਵੈਂਟ ਦੀ ਜ਼ਿੰਮੇਦਾਰੀ ਤੁਹਾਨੂੰ ਸੌਂਪੀ ਜਾ ਸਕਦੀ ਹੈ, ਕਿਸੇ ਐਲੀਜੀਬਲ ਦੀ ਵਿਆਹ ਦੀ ਗੱਲ ਤੁਹਾਨੂੰ ਅੱਗੇ ਜਿਹੜੀ ਹੈ ਕਰਨ ਵਾਸਤੇ ਵੀ ਰਿਸਪੋਂਸੀਬਿਲਿਟੀ ਤੁਹਾਨੂੰ ਦਿੱਤੀ ਜਾ ਸਕਦੀ ਹੈ। ਅੱਜ ਪਾਰਟਨਰ ਵੱਲੋਂ ਵੀ ਤੁਹਾਨੂੰ ਕੋਈ ਸਰਪ੍ਰਾਈਜ਼ ਜਾਂ ਕੋਈ ਗਿਫਟ ਮਿਲ ਸਕਦਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 11, ਲੱਕੀ ਕਲਰ ਰਹੇਗਾ ਯੈਲੋ, ਤੇ ਤੁਸੀਂ ਉਪਾਅ ਕੀ ਕਰਨਾ? 10 ਸਾਲ ਤੋਂ ਛੋਟੀ ਕੰਜਕ ਨੂੰ ਜੇ ਚੋਕਲੇਟ ਦੇ ਕੇ ਜਾਂ ਕੁਛ ਮਿੱਠਾ ਖਵਾ ਕੇ ਪੈਰ ਛੂ ਕੇ ਆਸ਼ੀਰਵਾਦ ਦਿੱਤਾ ਜਾਵੇ ਤਾਂ ਦਿਨ ਹੋਰ ਵੀ ਵਧੀਆ ਬਣ ਸਕਦਾ। ਲਿਬਰਾ ਯਾਨੀ ਤੁਲਾ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਹੈਲਦੀ ਡਾਇਟ ਤੇ ਰੈਗੂਲਰ ਐਕਸਰਸਾਈਜ਼ ਨਾਲ ਸਿਹਤ ਵਧੀਆ ਰਹਿੰਦੀ ਹੈ, ਇਹ ਗੱਲ ਸਭ ਨੂੰ ਪਤਾ, ਪਰ ਸਿਤਾਰੇ ਤੁਹਾਡੇ ਵਾਸਤੇ ਕੀ ਕਹਿ ਰਹੇ? ਸਿਤਾਰੇ ਇਹ ਗੱਲ ਤੁਹਾਨੂੰ ਵਾਰ ਵਾਰ ਰਿਮਾਇੰਡ ਕਰ ਰਹੇ ਨੇ ਤਾਂ ਕਿ ਤੁਸੀਂ ਆਪਣੇ ਆਪ ਨਾਲ ਕਮਿਟਮੈਂਟ ਕਰੋ ਤੇ ਆਪਣੀ ਸਿਹਤ ਨੂੰ ਲੈ ਕੇ ਥੋੜ੍ਹੇ ਜਿਹੇ ਹੋਰ ਡਿਸਿਪਲਿਨ ਹੋ ਜਾਓ। ਫੈਮਿਲੀ ਫੰਕਸ਼ਨ ਵਿੱਚ ਜਿਹੜੇ ਹੈ ਉਹ ਫੰਡਸ ਠੀਕ ਠਾਕ ਮੈਨੇਜ ਕਰਨਾ ਤੁਹਾਡੀ ਜ਼ਿੰਮੇਦਾਰੀ ਹੋ ਸਕਦੀ ਹੈ। ਫਾਈਨੈਂਸ਼ੀਅਲੀ ਅੱਗੇ ਕੋਈ ਕਮਿਟਮੈਂਟ ਕਰਨ ਵਾਸਤੇ ਥੋੜ੍ਹਾ ਜਿਹਾ ਆਪਣੇ ਬੈਂਕ ਬੈਲੈਂਸ ਨੂੰ ਦੇਖਣਾ ਪਹਿਲਾਂ ਜ਼ਰੂਰੀ ਹੋਏਗਾ। ਸ਼ਾਂਤੀ ਤੇ ਸਕੂਨ ਦਾ ਮਾਹੌਲ ਜਿਹੜਾ ਹੈ ਉਹ ਘਰੇ ਬਣਾਇਆ ਜਾ ਸਕਦਾ ਸਿਰਫ ਤੁਹਾਡੇ ਥੋੜ੍ਹੇ ਜਿਹੇ ਐਫਰਟਸ ਨਾਲ। ਆਪਣੇ ਲਾਈਫ ਪਾਰਟਨਰ ਦੇ ਡਿਸੀਜਨਸ ਨੂੰ ਵੀ ਤੁਹਾਨੂੰ ਸਨਮਾਨ ਦੇਣਾ ਚਾਹੀਦਾ ਹੈ, ਉਹਨਾਂ ਦੀ ਇਮੋਸ਼ਨਲ ਹੈਲਥ ਦਾ ਅੱਜ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੋਏਗਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 6, ਲੱਕੀ ਕਲਰ ਰਹੇਗਾ ਗ੍ਰੀਨ, ਤੇ ਤੁਸੀਂ ਉਪਾਅ ਕੀ ਕਰਨਾ? ਇੱਕ ਛੋਟੀ ਜਿਹੀ ਕ੍ਰਿਸਟਲ ਬੋਲ ਕਿਸੇ ਵੀ ਪਵਿੱਤਰ ਜਲ ਨਾਲ ਧੋ ਕੇ ਸਾਰਾ ਦਿਨ ਤੁਸੀਂ ਆਪਣੇ ਕੋਲੇ ਰੱਖਣੀ ਹੈ, ਪਰਸ 'ਚ ਵੀ ਰੱਖ ਸਕਦੇ ਹੋ, ਪੋਕਿਟ 'ਚ ਵੀ ਰੱਖ ਸਕਦੇ ਹੋ। ਸਕੋਰਪੀਓ ਯਾਨੀ ਵ੍ਰਿਸ਼ਚਿਕ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਸ਼ੋਪਿੰਗ ਦੇ ਦੌਰਾਨ ਥੋੜ੍ਹਾ ਜ਼ਿਆਦਾ ਖਰਚਾ ਹੋ ਸਕਦਾ, ਇਸ ਕਰਕੇ ਆਪਣਾ ਬਜਟ ਪਹਿਲਾਂ ਬਣਾ ਕੇ ਚੱਲਣਾ ਹੈ ਅਤੇ ਕੋਈ ਵੀ ਖਰਚਾ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਰਿਮਾਇੰਡ ਕਰ ਲੈਣਾ।
ਖਾਸਕਰ ਇਹ ਗਲਤੀ ਜਿਹੜੀ ਹੈ ਔਨਲਾਈਨ ਸ਼ੋਪਿੰਗ ਵੱਲ ਜ਼ਿਆਦਾ ਹੋ ਸਕਦੀ ਹੈ, ਇਸ ਕਰਕੇ ਥੋੜ੍ਹਾ ਜਿਹਾ ਵਿਚਾਰ ਕਰਨ ਤੋਂ ਬਾਅਦ ਹੀ ਪੇਮੈਂਟ ਰੱਖ ਜਾਣਾ। ਫੈਮਿਲੀ ਮੈਂਬਰ ਦਾ ਕਿਸੇ ਦਾ ਜਿੰਨਾ ਮੂਡ ਖਰਾਬ ਚੱਲ ਰਿਹਾ ਉਹ ਸਟ੍ਰੈਸ ਦਾ ਘਰੇ ਕਾਰਨ ਬਣ ਸਕਦਾ, ਇਸ ਕਰਕੇ ਨਾ ਤਾਂ ਆਪ ਉਲਝਣਾ ਨਾ ਕਿਸੇ ਹੋਰ ਨੂੰ ਉਲਝਾਉਣਾ, ਗੱਲਾਂ ਨੂੰ ਕਿਤੇ ਛੱਡ ਦੇਣਾ ਬਿਹਤਰ ਹੁੰਦਾ। ਹਿਲ ਸਟੇਸ਼ਨ ਹੋਵੇ, ਟ੍ਰੈਕਿੰਗ ਹੋਵੇ, ਹਾਈਕਿੰਗ ਹੋਵੇ, ਜਿਹੜੇ ਲੋਕ ਐਡਵੈਂਚਰ ਟ੍ਰਿਪਸ ਦੇ ਸ਼ੌਕੀਨ ਨੇ, ਅੱਜ ਦਾ ਦਿਨ ਕੋਈ ਨਾ ਕੋਈ ਰਸਤਾ ਤੁਹਾਡੇ ਵਾਸਤੇ ਵੀ ਖੁੱਲ੍ਹ ਸਕਦਾ। ਲਾਈਫ ਪਾਰਟਨਰ ਨਾਲ ਦਿਲਦੀਆਂ ਗੱਲਾਂ ਸ਼ੇਅਰ ਕਰਕੇ ਤੁਹਾਨੂੰ ਕਾਫ਼ੀ ਲਾਈਟ ਮਹਿਸੂਸ ਹੋਏਗਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 4, ਲੱਕੀ ਕਲਰ ਰਹੇਗਾ ਮਜੈਂਟਾ, ਅਤੇ ਤੁਸੀਂ ਉਪਾਅ ਕੀ ਕਰਨਾ, 2 ਪੀਲੀ ਕੌੜੀਆਂ ਲੈਣੀਆਂ ਨੇ, ਕਿਸੇ ਵੀ ਪਵਿੱਤਰ ਜਲ ਨਾਲ ਧੋ ਕੇ ਤੁਸੀਂ ਆਪਣੇ ਘਰ ਦੇ ਲੋਕਰ 'ਚ ਜਾਂ ਫਿਰ ਆਪਣੇ ਕੈਸ਼ ਡਰਾਅਰ 'ਚ ਤੁਸੀਂ ਰੱਖ ਦੇਣਾ। ਸੈਜੀਟੇਰੀਅਸ ਯਾਨੀ ਧਨੂ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਸਹੀ ਖਾਣ ਪਾਣ ਨਾਲ ਸਿਹਤ ਠੀਕ ਰਹੇਗੀ, ਸਿਹਤ ਠੀਕ ਰਹੇਗੀ, ਮਨ ਚੰਗਾ ਰਹੇਗਾ, ਮਨ ਚੰਗਾ ਰਹੇਗਾ ਕੰਮ 'ਚ ਦਿਲ ਲੱਗੇਗਾ, ਕੰਮ 'ਚ ਦਿਲ ਲੱਗੇਗਾ ਅਤੇ ਕੰਮ ਦੀ ਪਰਫੋਰਮੈਂਸ ਇੰਪਰੂਵ ਹੋ ਜਾਏਗੀ। ਇਹ ਨਾਲ ਸਾਰਾ ਕੁਛ ਲਿੰਕਡ ਕਿੱਥੇ ਹੈ, ਸਿਰਫ ਜੇ ਸਹੀ ਖਾ ਲਿਆ ਜਾਵੇ ਤਾਂ ਦਿਨ ਜਿਹੜਾ ਹੈ ਕਾਫ਼ੀ ਬਿਹਤਰੀਨ ਬਣ ਸਕਦਾ। ਫੈਮਿਲੀ ਹੋ ਸਕਦਾ ਕਿ ਤੁਹਾਡੇ ਆਈਡੀਆਜ਼ ਨਾਲ ਬਹੁਤ ਜ਼ਿਆਦਾ ਖੁਸ਼ ਨਾ ਹੋਣ, ਇਸ ਕਰਕੇ ਬਹੁਤ ਜ਼ਿਆਦਾ ਟਾਈਮ ਅੱਜ ਉਹਨਾਂ ਨੂੰ ਕਨਵਿੰਸ ਕਰਨ ਤੋਂ ਜਿਹੜਾ ਹੈ ਪਰਹੇਜ਼ ਕਰਨਾ ਚਾਹੀਦਾ। ਲੰਬੀ ਯਾਤਰਾ ਕੋਈ ਅੱਜ ਪਲਾਨਡ ਹੈਗੀ ਹੈ ਤਾਂ ਇੱਕ ਵਾਰ ਆਪਣੀ ਬੁਕਿੰਗਸ ਨੂੰ ਜ਼ਰੂਰ ਚੈੱਕ ਕਰਕੇ ਚੱਲਣਾ ਤਾਂ ਕਿ ਤੁਹਾਡਾ ਟ੍ਰਿਪ ਜਿਹੜਾ ਹੈ ਆਰਾਮਦਾਇਕ ਰਹੇ, ਨਹੀਂ ਤਾਂ ਲਾਸਟ ਮਿੰਟ ਚੇਂਜਸ ਵੀ ਵਾਸਤੇ ਵੀ ਤੁਹਾਨੂੰ ਪਲਾਨ ਰਹਿਣਾ ਪੈਣਾ। ਅੱਜ ਕਿਸੇ ਅਣਜਾਣ ਸ਼ਖਸ ਨਾਲ ਦੋਸਤੀ ਹੋ ਸਕਦੀ ਹੈ, ਬਿਜ਼ਨਸ ਫਰੰਟ ਦੇ ਉੱਤੋਂ ਵੀ ਤੁਹਾਨੂੰ ਫਾਇਦਾ ਹੋਣ ਦੇ ਯੋਗ ਨਜ਼ਰ ਆ ਰਹੇ ਨੇ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 2, ਲੱਕੀ ਕਲਰ ਰਹੇਗਾ ਪਿੰਕ, ਅਤੇ ਤੁਸੀਂ ਉਪਾਅ ਕੀ ਕਰਨਾ, 5 ਸ਼ਰੀਫਲ ਲਘੂ ਕੋਕੋਨਟ ਲੈਣੇ ਨੇ, 5 ਡਿਫਰੈਂਟ ਜਗ੍ਹਾ ਉਹਨਾਂ ਨੂੰ ਰੱਖ ਦੇਣਾ, ਇੱਕ ਲੋਕਰ 'ਚ, ਇੱਕ ਕਿਚਨ 'ਚ, ਇੱਕ ਪੂਜਾ ਘਰ 'ਚ, ਸਟੂਡੈਂਟਸ ਆਪਣੇ ਸਟੱਡੀ ਟੇਬਲ ਦੇ ਉੱਤੇ, ਅਤੇ ਦੂਜਾ ਰਿਟੇਲਰ ਜਾਂ ਫਿਰ ਤੁਸੀਂ ਆਪਣੇ ਘਰ ਦੇ ਲੋਕਰ 'ਚ ਜਾਂ ਜਿੱਥੇ ਵੀ ਤੁਸੀਂ ਵੈਲਿਊਏਬਲਸ ਰੱਖਦੇ ਹੋ ਕਿ ਉੱਥੇ ਤੁਸੀਂ ਰੱਖ ਸਕਦੇ ਹੋ, ਨਹੀਂ ਤਾਂ ਇਹ ਵਾਲੀ ਚੀਜ਼ ਆਪਣੇ ਘਰ ਦੇ ਸਟੋਰ ਜਾਂ ਫਿਰ ਤੁਸੀਂ ਜਿੱਥੇ ਰਾਸ਼ਨ ਦੇ ਡੱਬੇ ਰੱਖਦੇ ਹੋ ਤੁਸੀਂ ਉੱਥੇ ਵੀ ਲਘੂ ਕੋਕੋਨਟ ਤੁਸੀਂ ਰੱਖ ਸਕਦੇ ਹੋ। ਕੈਪਰੀਕੋਨ ਯਾਨੀ ਮਕਰ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਬਿਮਾਰ ਲੋਕਾਂ ਨੂੰ ਠੀਕ ਕਰਨ ਵਾਸਤੇ ਇੱਕ ਨੁਸਖਾ ਹੈ, ਪੋਜ਼ਿਟਿਵਿਟੀ। ਇਹ ਪੋਜ਼ਿਟਿਵਿਟੀ ਦਾ ਇੰਜੈਕਸ਼ਨ ਤੁਸੀਂ ਆਪਣੇ ਆਪ ਨੂੰ ਜ਼ਰੂਰ ਲਗਾਉਣਾ, ਆਪ ਲਗਾਉਣਾ। ਛੁੱਟੀ ਨੂੰ ਲੈ ਕੇ ਥੋੜ੍ਹੀ ਜਿਹੀ ਜਿਹੜੀ ਹੈ ਬੌਸ ਨਾਲ ਡਿਫਰੈਂਸ ਆਫ ਓਪੀਨੀਅਨ ਹੋ ਸਕਦਾ, ਕਿਤੇ ਤੁਸੀਂ ਅੱਗੇ ਪਲਾਨਿੰਗ ਕਰਨੀ ਹੈ ਤਾਂ ਫਿਰ ਉਹਦੇ ਵਾਸਤੇ ਤੁਹਾਨੂੰ ਜ਼ਰੂਰ ਪ੍ਰਿਪੇਅਰਡ ਰਹਿਣਾ ਚਾਹੀਦਾ, ਅੱਜ ਤੋਂ ਹੀ ਉਹਨਾਂ ਨੂੰ ਬਾਰ ਬਾਰ ਰਿਮਾਇੰਡ ਕਰਾਉਣਾ ਜ਼ਰੂਰੀ ਹੋਏਗਾ। ਕਿਸੇ ਕਰੀਬੀ ਤੋਂ ਸਰਪ੍ਰਾਈਜ਼ ਮਿਲਣ ਦੀ ਉਮੀਦ ਨਜ਼ਰ ਆ ਰਹੀ ਹੈ, ਨਾਲ ਨਾਲ ਲੰਬੇ ਸਮੇਂ ਤੋਂ ਜਿਹੜੇ ਕੰਮ ਪੈਂਡਿੰਗ ਚੱਲ ਰਹੇ ਸੀ, ਜੇ ਅੱਜ ਉਹਨਾਂ ਨੂੰ ਪ੍ਰਾਇਰਟਾਈਜ਼ ਕੀਤਾ ਜਾਵੇ ਤਾਂ ਕੰਮ ਤੁਹਾਡਾ ਬਣ ਸਕਦਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 18, ਲੱਕੀ ਕਲਰ ਰਹੇਗਾ ਵਾਈਟ, ਅਤੇ ਤੁਸੀਂ ਉਪਾਅ ਕੀ ਕਰਨਾ, 2 ਪੀਲੇ ਫਲ ਅਤੇ 2 ਪੀਲੇ ਫੁੱਲ ਪ੍ਰਭੂ ਦੇ ਚਰਨਾਂ 'ਚ ਜ਼ਰੂਰ ਚੜਾਉਣੇ ਆ। ਅੱਜ ਐਕੁਏਰੀਅਸ ਯਾਨੀ ਕੁੰਭ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਚੰਗੀ ਸਿਹਤ ਵਾਸਤੇ ਡੇਲੀ ਰੂਟੀਨ ਜਿਹੜਾ ਹੈ ਫੋਲੋ ਕਰਨਾ ਜ਼ਰੂਰੀ ਹੋਏਗਾ, ਅਤੇ ਡੇਲੀ ਰੂਟੀਨ ਵਿੱਚ ਫਿਟਨੈਸ ਨੂੰ ਸਭ ਤੋਂ ਪਹਿਲਾਂ ਟੌਪ ਲਿਸਟ ਦੇ ਵਿੱਚ ਜ਼ਰੂਰ ਰੱਖਣਾ ਚਾਹੀਦਾ। ਹੋਮਮੇਕਰਸ ਆਪਣੇ ਕੰਮ ਤੋਂ, ਕੋਈ ਨਵੀਂ ਰੈਸਿਪੀ ਤੋਂ, ਕੋਈ ਆਪਣੀ ਸਾਜ ਸੱਜਾ ਵਿੱਚ ਚੇਂਜਸ ਤੋਂ ਸਭ ਨੂੰ ਇੰਪ੍ਰੈਸ ਕਰ ਸਕਣਗੇ। ਅੱਜ ਜਿਹੜਾ ਹੈ ਸੋਸ਼ਲ ਫਰੰਟ ਦੇ ਉੱਤੇ ਵੀ ਤੁਹਾਡੇ ਵਾਸਤੇ ਪਾਪੂਲੈਰਿਟੀ ਦੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਨੇ। ਅਚਾਨਕ ਕਿਸੇ ਇਵੈਂਟ ਦਾ, ਕਿਸੇ ਫੰਕਸ਼ਨ ਦੇ ਉੱਤੇ ਜਾਣ ਦਾ ਮੌਕਾ ਤੁਹਾਨੂੰ ਮਿਲ ਸਕਦਾ। ਅੱਜ ਜਿਹੜਾ ਹੈ ਫੈਮਿਲੀ ਵਿੱਚ ਕਿਸੇ ਦੀ ਅਚੀਵਮੈਂਟਸ ਨਾਲ ਤੁਹਾਨੂੰ ਕਾਫ਼ੀ ਪ੍ਰਾਊਡ ਮਹਿਸੂਸ ਹੋਏਗਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 17, ਲੱਕੀ ਕਲਰ ਰਹੇਗਾ ਸਿਲਵਰ, ਅਤੇ ਤੁਸੀਂ ਉਪਾਅ ਕੀ ਕਰਨਾ, ਮੱਥੇ ਦੇ ਉੱਤੇ ਕੇਸਰ ਦਾ ਤਿਲਕ ਲਗਾ ਕੇ ਰੱਖਣਾ। ਹੁਣ ਗੱਲ ਕਰਾਂਗੇ ਆਖਰੀ ਰਾਸ਼ੀ ਪਾਈਸਿਸ ਯਾਨੀ ਮੀਨ ਦੀ। ਘਰੇਲੂ ਨੁਸਖਿਆਂ ਨਾਲ ਵੀ ਹੈਲਥ ਪ੍ਰੋਬਲਮ ਦਾ ਸੋਲਿਊਸ਼ਨ ਨਿਕਲ ਸਕਦਾ, ਬਸ ਤੁਸੀਂ ਥੋੜ੍ਹਾ ਜਿਹਾ ਵਿਸ਼ਵਾਸ ਕਰਨਾ। ਜੋ ਵੀ ਚੀਜ਼ ਟਰਾਈ ਕਰਨੀ ਹੈ ਪੂਰੇ ਫੇਥ ਨਾਲ ਟਰਾਈ ਕਰਨੀ ਹੈ। ਦਾਦੀ ਮਾਂ ਦੇ ਨੁਸਖੇ ਜਿਹੜੇ ਹੈ ਤੁਹਾਡੀ ਸੀਜ਼ਨਲ ਪ੍ਰੋਬਲਮਸ ਨੂੰ ਕਿਓਰ ਕਰਨ 'ਚ ਸਭ ਤੋਂ ਜ਼ਿਆਦਾ ਇਫੈਕਟਿਵ ਰਹਿਣਗੇ। ਅੱਜ ਆਪਣੀ ਆਰਥਿਕ ਸਥਿਤੀ ਨੂੰ, ਆਪਣੇ ਫਾਈਨੈਂਸ਼ੀਅਲ ਫਰੰਟ ਨੂੰ ਮਜ਼ਬੂਤ ਕਿੱਦਾਂ ਕੀਤਾ ਜਾਵੇ, ਇਹਦੇ ਵਾਸਤੇ ਬਹਿ ਕੇ ਜ਼ਰੂਰ ਸੋਚ ਵਿਚਾਰ ਕਰਨਾ ਚਾਹੀਦਾ।
ਮਨ 'ਚ ਕੋਈ ਇੱਛਾ ਸੀ ਉਹ ਅਚਾਨਕ ਪੂਰੀ ਹੋ ਸਕਦੀ ਹੈ। ਸਿਰਫ ਜਿਹੜਾ ਹੈ ਉੱਪਰ ਵਾਲੇ ਵੱਲ ਆਪਣਾ ਧਿਆਨ ਲਗਾਉਣਾ ਚਾਹੀਦਾ ਹੈ। ਅੱਜ ਪੁਰਾਣੇ ਕੰਟੈਕਟਸ ਨੂੰ ਰਿਵਾਈਵ ਕਰਨ ਵਾਸਤੇ, ਉਹਨਾਂ ਨਾਲ ਦੁਬਾਰਾ ਗੱਲਬਾਤ ਜਿਹੜਾ ਹੈ ਸ਼ੁਰੂਆਤ ਕਰਨ ਵਾਸਤੇ ਦਿਨ ਵਧੀਆ ਨਜ਼ਰ ਆ ਰਿਹਾ ਹੈ। ਕਰੀਅਰ ਫਰੰਟ ਦੇ ਉੱਤੇ ਵੀ ਇਹੀ ਨੁਸਖਾ ਤੁਹਾਨੂੰ ਗਰੋਥ ਲੈ ਕੇ ਆਏਗਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 9, ਲੱਕੀ ਕਲਰ ਰਹੇਗਾ ਔਰੇਂਜ, ਅਤੇ ਤੁਸੀਂ ਉਪਾਅ ਕੀ ਕਰਨਾ, ਘੀ ਮਿਸ਼ਰਿਤ ਸੰਧੂਰ ਨਾਲ ਘਰ ਦੇ ਮੇਨ ਡੋਰ ਦੇ ਉੱਤੇ ਸਵਾਸਤਿਕ ਜ਼ਰੂਰ ਬਣਾਉਣਾ ਹੈ ਅੱਜ। ਹੁਣ ਸਮਾਂ ਹੋ ਚੱਲਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ, ਪਰ ਇਸ ਵਾਅਦੇ ਨਾਲ ਕਿ ਕੱਲ੍ਹ ਫਿਰ ਮੁਲਾਕਾਤ ਹੋਏਗੀ, ਫਿਰ ਗੱਲ ਕਰਾਂਗੇ ਆਪਾਂ ਦਿਨ ਦੇ ਰਾਸ਼ੀਫਲ ਅਤੇ ਪੰਚਾਂਗ ਦੀ। ਉਦੋਂ ਤਾਈਂ ਮੈਨੂੰ ਯਾਨੀ ਐਸਟ੍ਰੋਲੋਜਰ ਮਨੀਸ਼ਾ ਕੌਸ਼ਿਕ ਨੂੰ ਦਿਓ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ।